ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਤੁਹ ਕੀ ਹਾਲ ਹੈ ਬਾਲੋ ਤੁਹਾਡਾ ਠੀਕ ਹੈ ਵੇ ਤੁਹਾਡੀਆਂ ਤਬੀਤਾਂ ਸੀਤਾਂ ਠੀਕ ਹਨ ਚਲੋ ਅੱਲਾ ਭਾਵੇਂ ਠੀਕ ਹੋ ਮੈਂ ਅੱਜ ਤੁਹਾਡੇ ਵਾਸਤੇ ਇੱਕ ਸੋਹਣੀ ਤੇ ਮਜ਼ੇਦਾਰ ਕਹਾਣੀ ਗੇਨ ਦਿਨਾ ਗੇਨਤੇ ਆਇਆ ਜਿੰਦਾ ਨਾ ਹੈ ਵੱਡੇ ਜੱਡਾ ਛੋਟੇ ਹਨ ਅੰਮਾ ਜੱਡਾ ਛੋਟੇ ਹਨ ਤਾਂ ਉਹਨਾਂ ਕੋ ਸ਼ਾਮ 5 ਵਜੇ ਕੋ ਨੂੰ ਪਹਿਲੇ ਬਾਹਰ ਵਣਨ ਕੇ ਖੇਡਣ ਦੀ ਮੌਕਲ ਨਾ ਹੈ ਇਹੀ ਵੇਲੇ ਦਰਜ਼ਾਣੀ ਮਈ ਉਹਨਾਂ ਨੂੰ ਸਿਵਾਈ ਸਿਖਾਵਣ ਆਂਦੇ ਹਨ ਇੱਕ ਦੀ ਬਾਹਰ ਮੀਵਸਤਾ ਪਿਆਹਾ ਅਤੇ ਅੰਮਾ ਦੇ ਸਭ ਸਹੇਲਿਆਂ ਪਾਣੀ ਵਿੱਚ ਸ਼ੋਰ ਮਚਾਉਂਦਿਆਂ ਪਿਆ ਹਨ ਰੋਜ਼ ਵਾਂਗੂ ਉਹ ਵੇਲੇ ਹੀ ਦਰਜ਼ਾਣੀ ਮਈ ਆਪ ਜੀ ਉਹ ਆਪਣੀ ਸਿਵਾਈ ਵਾਲੀ ਖਲੀਤੀ ਪੰਦਾਨ ਦਾ ਡੱਬਾ ਅਤੇ ਐਨਕ ਪਲੰਗ ਉੱਤੇ ਰੱਖੀ ਅਤੇ ਅੰਮਾ ਨੂੰ ਸਿਵਾਈ ਦਾ ਸਮਾਨ ਕਢਣ ਲਿਉ ਆਖਿਆ ਅмма ਬੇਦਲੀ ਨਾਲ ਸਮਾਨ ਕਢਾ ਦਰਜ਼ਾਣੀ ਮਈ ਉਹਨਾਂ ਕੋ ਬੋਛਣ ਦੀ ਕੰਨੀ ਮੋੜਨ ਕੀਤੇ ਦਿੱਤੀ ਅਤੇ ਆਪ ਬਾਕੀ ਘਰ ਆਲਿਆਂ ਨਾਲ ਗੱਪਾਂ ਮਾਰਨ ਕੀਤੇ ਚੱਲੀ ਗਈ ਜਿਵੇਂ ਦਰਜ਼ਾਣੀ ਮਈ ਕੋਠੇ ਕਨੂ ਬਾਹਰ ਨਿਕਤੀ ਅмма ਜਲਦੀ ਨਾਲ ਕੁਰਸੀ ਉਤੇ ਚੜ੍ਹ ਕੇ ਘੜੀ ਅਗੂ ਕਰ ਛੋੜੀ ਅਤੇ ਵਲਾ ਬੋਛਣ ਦੀ ਕੰਨੀ ਮੋੜਨ ਬਹਿ ਗਈ ਦਰਜ਼ਾਣੀ ਮਈ ਗੱਪਾ ਮਾਰ ਕੇ ਵੱਲੀ ਹਈ ਜੋ ਘੜੀ ਦਾ ਘੰਟਾ ਵਜਾ ਉਹ ਹੈਰਾਨੀ ਨਾਲ ਬੋਲੀ ਅੱਜ ਤਾਂ ਜਲਦੀ 5 ਵਜ ਗਏ ਏ ਆ ਕੇ ਦਰਜ਼ਾਣੀ ਮਈ ਆਪਣਾ ਸਮਾਨ ਕੁੰਜਣ ਲੱਗ ਗਈ ਅਮਾ ਉਹਨਾਂ ਕੋ ਉਥਾਈ ਛੋੜ ਛਾੜ ਕੇ ਮੀ ਵਿੱਚ ਖੇਡਣ ਬਾਹਰ ਭੱਜ ਗਈ ਨਾਨੇ ਬਾਪੇ ਕੋ ਨਿਕੇਲਾ ਮੌਲਵੀ ਸਾਹਿਬ ਪੜਾਵਾਣਾਂ ਦੇ ਹਨ ਮੌਲਵੀ ਸਾਹਿਬ ਦੇ ਆਉਣ ਦਾ ਵੇਲਾ ਥਿੰਦਾ ਹ ਤਾਂ ਉਹ ਲੁਕ ਵਿੰਦੇ ਵਲਕ ਨਹੀਂ ਪਲੰਗ ਦੇ ਤਲੋਂ ਕੱਢੇ ਵਿੰਦੇ ਕਦੇ ਨਹੀਂ ਛਜੇ ਦੇ ਉਤਲਹਾਏ ਵਿੰਦੇ ਇੱਕ ਈ ਮੌਲਵੀ ਸਾਹਿਬ ਦੇ ਆਉਣ ਕਨੂ ਅੱਗੇ ਹੀ ਉਹ ਪਕੜ ਕੇ ਬਿਲਾ ਹ ਦਿੱਤੇ ਗਏ ਮੌਲਵੀ ਸਾਹਿਬ ਆਏ ਤਾਂ ਉਨ੍ਹਾਂ ਕੋ ਬੈਠਾ ਦੇ ਕੇ ਸ਼ਾਬਸ਼ ਦਿੱਤੀ ਵਲਨਿਤ ਵਾਂਗ ਆਪਣੀ ਐਨਕ ਅਤੇ ਘੜੀ ਲਹਾ ਕੇ ਮੇਜ਼ ਉੱਤੇ ਰੱਖੀ ਅਤੇ ਵਜ਼ੂ ਕਰਨ ਚਲੇ ਗਏ ਨਾਨੇ ਬਾਬੇ ਵਧ ਕੇ ਐਨਕ ਚਾਤੀ ਗੁਲਦਾਨ ਵਿੱਚ ਲੁਕਾਈ ਅਤੇ ਵਲ ਆ ਕੇ ਆਪਣੀ ਜਾ ਹੱਥ ਬੰਦ ਕੇ ਬਹਿ ਗਏ ਮੌਲਵੀ ਸਾਹਿਬ ਹੱਥ ਪੁੰਝੇਂਦੇ ਵਲ ਆਏ ਕੁਰਸੀ ਉੱਤੇ ਬਹਿ ਕੇ ਆਖਣ ਲੱਗੇ ਚਲੋ ਪੜ੍ਹਨ ਸ਼ੁਰੂ ਕਰੋ ਬismillah रहमान रहीम ਨਾਲ ਇਨ ਤੇ ਉਨ ਤੇ ਆਪਣੀ ਐ ਨਕਲ ਭਣ ਲੱਗੇ ਪਹਿਲੇ ਮੇਜ਼ ਉ ਤਲਭੀ ਵਲ ਖੀਸਿਆ ਕੁਟ ਟੋਲਿਆ ਵਲ ਗੁਸਲ ਖਾਨੇ ਚ ਵਲਾਗੇ ਐ ਨਕ ਕਿਥੈ ਹੀ ਨ ਲਭੀ ਮੌਲੀ ਸਾਹਿਬ ਆਖਣ ਲੱਗੇ ਪੁੱਤਰ ਸ਼ਾਇਦ ਐ ਨਕ ਘਰ ਭੁਲਾਇਆ ਹੁਣ ਕੱਲ ਪੜਾ ਛੋਟੇ ਹਨ ਤਾਂ ਹਿਸਾਬ ਵਿੱਚ ਕਮਜ਼ੋਰ ਹਨ ਉਸਤਾਦ ਪੜ੍ਹਾਇਂਦੇ ਪੈ ਹੁੰਦੇ ਅਤੇ ਉਹਨਾਂ ਦਾ ਧਿਆਨ ਕਈ ਬਈ ਜਾਤੇ ਹੁੰਦਾ ਹੁਣਾਲੇ ਦਾ ਮੌਸਮ ਹ ਇੱਕ ਨਹੀਂ ਉਸਤਾਦ ਬੋਰਡ ਉਤੇ ਕਿਸਾਬ ਦਾ ਸਵਾਲ ਸਮਝੇਂਦੇ ਪਹਿਨ ਅਤੇ ਅੱਬਾ ਜੀ ਦਰੀ ਕੋ ਨੂੰ ਬਾਹਰ ਵਣ ਉਤੇ ਲਗੀਆਂ ਅੰਬਲੀਆਂ ਦੇਦੇ ਪਹਿਨ ਉਸਤਾਦ ਦੀ ਨਿਗਾ ਉਹਨਾਂ ਉਤੇ ਪਈ ਤਾਂ ਕਾਵੇੜੇ ਚ ਆ ਕੇ ਉਹਨਾਂ ਨੂੰ ਜਮਾਤ ਦੇ ਬਾਹਰ ਖੜਾ ਕਰ ਦਿੱਤਾ ਅੱਬਾ ਜੀ ਕੁਝ ਧੀਰ ਤਾਂ ਚੁੱਪ ਚੁਪਾਤੇ ਖੜੇ ਰਹੀਏ ਵੱਲ ਮੌਕਾ ਮਿਲ ਦੇਈ ਅੰਬ ਦੇ ਵਣ ਉਤੇ ਚੜ ਗਏ ਜਲਦੀ ਜਲਦੀ ਅੰਬਲੀਆਂ ਤੋੜ ਕੇ ਖੀਸੇ ਵਿੱਚ ਭਰਿਆ ਇੱਕ ਟੱਪੇ ਚੱਲੇ ਲੱਥੇ ਅਤੇ ਮਾਸੂਮ ਮੂੰਹ ਬਣਾ ਕੇ ਵਲਾ ਜਮਾਤ ਦੇ ਬਾਰੋਂ ਆਖੜੇ ਤੇ ਜਿਹੜੇ ਕਲਾਸ ਮੁੱਕਣ ਦੀ ਘੰਟੀ ਵੱਜੀ ਤਾਂ ਉਸਤਾਦ ਬਾਹਰ ਹੈ ਅਤੇ ਅਖਿਓ ਨੇ ਵਨ ਜਮਾਤ ਚ ਬੈ ਅਗੀ ਤੇ ਐਜੀ ਹਰਕਤ ਕੀਤੀ ਤਾਂ ਤੇਕ ਵਲਾ ਸਜ਼ਾ ਮਿਲਸੀ ਨਿਕਲਾ ਧਾਵਣ ਦੇ ਬਹੁ ਚੋਰ ਹਨ ਸਿਆਲੇ ਵਿੱਚ ਪਾਣੀ ਦੇ ਨਾਂ ਤੂੰ ਡਰਦੇ ਹਨ ਇੱਕ ਦਿਨ ਉਹਨਾਂ ਨੂੰ ਯਾਰ ਦੀ ਵਰੀਨਾ ਗੰਢ ਤੇ ਵਜਣਾ ਹਾਂ ਅਮਾ ਆਖਿਆ ਜੇ ਤੈ ਨਾ ਧਾਸੋ ਕਿਥਈ ਵੰਜਨ ਦੀ ਮੋਕਲ ਨਾ ਮਿਲਸੀ ਇਹ ਆਕੇ ਉਹਨਾਂ ਨੂੰ ਜ਼ੋਰ ਗੁਸਲਖਾਨੇ ਵਿੱਚ ਭੇਜ ਦਿੱਤਾ ਮਮਾ ਜੀ ਪਹਿਲੇ ਤਾਂ ਬਾਲਟੀ ਵਿੱਚ ਪਾਣੀ ਸਾਟ-ਸਾਟ ਕੇ ਗੁਸਲਖਾਨੇ ਦਿਆਂ ਕੰਧਾਂ ਤੇ ਫਰਸ਼ ਸਿਨੇ ਕਰੇ ਦੇ ਰਹੀ ਹੈ ਆਪੜੋ ਉੱਤੇ ਇੱਕ ਬੁੱਕ ਵੀ ਨ ਸੱਟਾ ਜਿਹੜੇ ਵੇਲੇ ਕੁਝ ਧੀਰ ਥਈ ਤਾਂ ਹੱਥੇ ਚ ਬਾਲਟੀ ਘਿੰਕੇ ਵਾਲ ਗਿਚੀ ਅਤੇ ਮੂੰਹ ਸੀਨਾ ਕੀਤਾ ਵਲਤੋਲਿਆ ਵਲਹੇਟ ਕੇ ਕੰਬਦੇ ਹੋਏ ਬਾਹਰ ਆਗੇ ਜਿਵੇਂ ਧਾਂਕੇ ਆਏ ਹੋਵੇਂ ਅмма ਉਹਨਾਂ ਦੇ ਵਾਲ ਗਿਚੀ ਉਤੇ ਹੱਥ ਹੱਥ ਲਾ ਕੇ ਡਿੱਠੇ ਸਾਰੇ ਸਿਨੇ ਹਨ ਉਹਨਾਂ ਕੋ ਤਰਸਲਾ ਥੀ ਗਿਆ ਮਾਮਾ ਜੀ ਕਪੜੇ ਵਟਾ ਕੇ ਖੁਸ਼ ਥਿੰਦੇ ਯਾਰ ਦੇ ਘਰ ਚਲੇ ਗਏ ਦਾਦੀ ਅмма ਦਾਦੀ ਅмма ਕੋ ਨਿਕੇਲਾ ਖੀਰ ਬਹੁਤ ਬੁਰਾ ਲੱਗਦਾ ਹਾ ਉਹਨਾਂ ਦੇ ਅਬੇ ਦਾ ਹੁਕਮ ਹਾ ਜੋ ਢੀ ਵਿੱਚ ਘਟ ਕਨੂ ਘਟ ਦੋ ਗਲਾਸ ਖੀਰ ਪੀਵਣ ਜ਼ਰੂਰੀ ਹੈ ਪਰ ਡਾਡੀ ਅਮਾ ਖੀਰ ਦਾ ਗਲਾਸ ਦੇ ਦਿਆਈ ਤੇ ਭਜ ਵੈਂਦਿਆ ਉਹਨਾਂ ਦੀ ਅਮਾ ਉਹਨਾਂ ਦੀ ਇਂ ਹਰਕਤ ਕਨੂ ਬਹੁ ਆਖਿਆ ਰਹਦਿਆ ਹਨ ਉਹਨਾਂ ਦੇ ਅਬੇ ਕੋ ਸ਼ਿਕਾਇਤ ਵੀ ਕਰੇਂਦਿਆ ਅਤੇ ਡਾਡੀ ਅਮਾ ਕੋ ਬਹੁ ਦੜਕਾ ਮਿਲਦਾ ਅਖੀਰ ਡਾਡੀ ਅਮਾ ਇੱਕ ਤਰਕੀਬ ਲੱਭ ਗਈ ਧੀ ਉਹਨਾਂ ਦੇ ਘਰ ਵਿੱਚ ਇੱਕ ਜੰਗਲੀ ਬਿੱਲੀ ਆਂਦੀ ਹੈ। ਦਾਦੀ ਮਾ ਖੁਸ਼ੀ-ਖੁਸ਼ੀ ਖੀਰ ਦਾ ਗਲਾਸ ਘਿੰਦਿਆਂ ਅਤੇ ਅੰਮਾ ਦੇ ਵੇਂਦੇ ਹੀ ਸਾਰੇ ਦਾ ਸਾਰਾ ਖੀਰ ਬਿੱਲੀ ਨੂੰ ਪਿਲਾ ਦੇਂਦਿਆਂ। ਖਾਲੀ ਗਲਾਸ ਅੰਮਾ ਨੂੰ ਦੇ ਆਂਦਿਆਂ। ਅੰਮਾ ਵੀ ਖੁਸ਼, ਦਾਦੀ ਵੀ ਖੁਸ਼ ਅਤੇ ਜੰਗਲੀ ਬਿੱਲੀ ਤਾਂ ਸਭ ਕੋ ਨੂੰ ਵੱਧ ਖੁਸ਼। ਕਈ ਹਫ਼ਤੇ ਇਵੇਂ ਲੰਘ ਗਏ। ਇੱਕ ਦੀ ਹਵੇਲੀ ਵਿੱਚ ਦਾਦੀ ਅੰਮਾ ਦੀ ਅੰਮਾ ਬੈਠੇ ਹਨ। ਉਹਨਾਂ ਦੀ ਨਿਗਾਹ ਚੁੰਡੇ ਚ ਮਜ਼ੇ ਨਾਲ ਸੁੱਤੀ ਬਿੱਲੀ ਉਤੇ ਪਈ ਤਾਂ ਕੰਮ ਕਰਨ ਵਾਲੇ ਛੂਹਰ ਤਾਰਿਕ ਨੂੰ ਆਖਣ ਲੱਗਿਆ ਜ਼ਰਾ ਦੇਖ ਤਾਂ ਇਹ ਬਿੱਲੀ ਨੂੰ ਦੇ ਦੇਂ ਦੇ ਜੇ ਕਿੰਨੀ ਸਿਹਤਮੰਦ ਥੀ ਗਈ ਹੈ ਤਾਰਿਕ ਜਵਾਬ ਦਿੱਤਾ ਸਿਹਤਮੰਦ ਕਿਉਂ ਨਾ ਥੀ ਵੇ ਢੀ ਵਿੱਚ ਡੂਡੂ ਗਲਾਸ ਖੀਰ ਦੇ ਜੋ ਪੀਂਦੀ ਹੈ ਹਾਂ ਬਾਲੋ ਕਿਵੇਂ ਲੱਗੀ ਕਹਾਣੀ